फाइनल दियां दोनों टीमां लई मेरे वीर बन के यार ताली मार दो जोरदार बड़ा तगड़ा मुकाबला जिहड़ा खेड़ दे मैदान च शुरू होण लग्गिया है। लओ पहली सर्व जिहड़ी है राय सर दे जस्से ने कर दित्ती है टीमां पहलां नोट करवा दईए जी खेड़ वाले पासे टीम जिहड़ी मैंडी शर्मा क्लब चैनियाल दी आ गई जिले मानसा दी है सेंटर च राय सर दा जस्सा खेड़दा है और नाल जस्से दे खब्बे पासे है नागरा पिंड है पिरथी दा और नाल मैं तकदा वी चैनियाली आ सुखदीप खेड़दा नेट ते परमा है और बाबे दा ते जधार दा कहिंदे सिक्का चलदा अगली गल गुरलाल करूगा ओ जोतनी बाली नाल ओ मुंडा संगरूर वाले खेड़ ओ कहिंदा वी जे राय सर वाला जस्सा हेड नाल बाल मोड़दा ना ते 1100 जे जस्सा हेड नाल सिर नाल बाल मोड़दा ते 1100 जोत वल्लों जोत संगरूर उधर जोत है भरा साडा संगरूर वाला वो कहिंदा राय सर दा जस्सा जे सिर नाल बाल मोड़े ते रुपया 1100 देवांगे आपां वड्डे जिहड़े मान प्यार वो खिडारियों नूं दित्ते जाणगे बहुत वड्डा मैं ते धन्नवाद करदा वीरां दा जिहड़े शुरुआत होई है बई यार लओ पहला नंबर जिहड़ा मैं तक रिहा मैंडी शर्मा क्लब चैनियाल दी टीम दे खाते विच आ टक्कर सिरे दी आ इक ते जीरो हले शुरुआत होई है टोटी दे रही है दोनों टीमां दा डिफेंस बड़ा मन्निया परमन्निया है और दोनों टीमां दा मेरे मित्रो कहिंदे नेटमैन भी दोनों बड़े चोटी दे आ विशाल आ खिडारी जिहड़ा नेट ते खेडदा खारी बास पिंड है इस मुंडे दा ਇਹ ਵੀ ਚੋਬਰ ਕਹਿੰਦੇ ਬੜੀ ਟਾਪ ਦੀ ਖੇਡਦਾ ਮਾਲਕਾ ਆਹ ਬੱਲੇ ਬੱਲੇ ਹੋ ਗਈ ਆ ਨੰਬਰ ਦੂਜਾ ਜੁੜ ਗਿਆ ਮਹਿੰਦੀ ਸ਼ਰਮਾ ਕਲੱਬ ਚੈਨਿਆਲ ਦੀ ਟੀਮ ਦੇ ਖਾਤੇ ਦੇ ਵਿੱਚ ਇੱਕ ਪਾਸੇ ਦੀਪਕ ਰਾਣਾ ਇੱਕ ਪਾਸੇ ਬਾਈ ਸਾਡਾ ਹਿੱਲੀ ਆ ਔਰ ਕਹਿੰਦੇ ਮੈਂ ਤੱਕ ਰਿਹਾ ਵੀ ਸ਼ੁਭਮ ਖੇਡਦਾ ਨਾਂ ਸਾਡਾ ਵੀਰ ਤੇ ਸਚਿਨ ਦਾ ਵੀ ਕਹਿੰਦੇ ਆਹ ਬੜਾ ਨਾਂ ਬਣ ਗਿਆ ਖੇਡ ਵਾਲੀਬਾਲ ਦੀ ਦੁਨੀਆਂ ਦੇ ਵਿੱਚ ਪਰ ਦੇਖਾਂਗੇ ਹੁਣ ਕਿਹੜੇ ਗੱਭਰੂ ਨੇ ਬੱਲੇ ਬੱਲੇ ਕਰਵਾ ਦੇਣੀਆਂ ਵੀ ਰਨ ਜਿੱਤਣ ਨੂੰ ਸੂਰਮਾ ਹਰ ਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਦੇ ਵਾਰ ਉਹਦੀ ਬਾਈ ਨੱਥੋ ਕੇ ਪਿੰਡ ਆ ਜ਼ਿਲ੍ਹੇ ਮੋਕੇ ਦਾ ਬਾਗੇ ਪੁਰਾਣੇ ਕੋਲੇ ਉੱਥੇ ਟੂਰਨਾਮੈਂਟ ਆ ਫਾਈਨਲ ਮੈਚ ਚੱਲੀ ਜਾਂਦਾ ਔਰ ਇਧਰਲੇ ਪਾਸੇ ਹਾਲੇ ਖਾਤਾ ਜਿਹੜਾ ਨਹੀਂ ਖੁੱਲਿਆ ਲੈ ਜੀ ਗੁਰਲਾਲ ਕਰੀ ਗੱਲ ਚੱਲਦੇ ਹੋਏ ਮੈਚ ਦੀ ਹੈ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਉਹ ਮੈਂ ਇੱਥੇ ਬੈਠਾ ਯਾਰ ਨਾ ਮੈਂ ਹੁਣ ਮੈਂ ਬੈਠਾ ਨੀ ਅੜੀ ਮੈਂ ਨੀ ਮੈਂ ਬਹਿਣਾ ਕਮਾਲ ਹੋ ਗਈ ਸ਼ਿਵਮ ਸ਼ਰਮਾ ਇਹ ਬਾਈ ਕੌਣ ਹੈ ਉਸਤਾਦ ਜਾਣਦਾ ਕਿਉਂ ਫਿਰ ਤੇ ਬਹਿ ਕੇ ਕਰਨਾ ਮੈਂ ਮੈਚ ਬੋਲ ਦਿੰਦਾ ਪੱਕੀ ਗੱਲ ਐ ਥੋੜੀ ਕਰਦੇ ਹੁੰਦੇ ਇਹਨਾਂ ਪਿੱਤਾ ਤਾਂ ਨੀ ਕਢਾਇਆ ਲੈ ਕੋਈ ਜ਼ਰੂਰੀ ਆ ਪੂਰੀ ਵਧੀਆ ਚੱਲਦੀ ਆ ਬਾਈ ਸਿਬਮ ਆਪਣਾ ਕਿਹੜਾ ਪਿੰਡ ਆ ਉਸਤਾਦ ਉਧਰ ਸਿਬਮ ਸ਼ਰਮਾ ਭਰਾ ਸਾਡਾ ਉਹ ਫੇਰ ਵੀ ਲਾਈਵ ਜਿਹੜਾ ਹੋਇਆ ਜਿਹਦੇ ਨਾਲ ਮੈਚਾਂ ਦੇ ਨਾਲ ਉਹ ਸੁਖੀਰ ਦਾ ਵੀ ਧੰਨਵਾਦ ਹੈ ਪਰ ਸਾਹਮਣੇ ਮੇਰੇ ਮਿੱਤਰੋ ਆ ਕਹਿੰਦੇ ਪਰਮਾ ਚੈਣੇ ਆਉਂਦੀ ਧਰਤੀ ਦਾ ਗੱਭਰੂ ਗਰਾਊਂਡ ਦੇ ਅੰਦਰ ਇੱਕ ਨੰਬਰ ਦਾ ਵਾਧਾ ਆਪਣੀ ਟੀਮ ਦੇ ਲਈ ਕਰ ਚੁੱਕਿਆ ਹੈ ਇੱਕ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਵੀ ਜਦ ਲੋਹਾ ਕੱਢਦਾ ਲੋਹੇ ਨੂੰ ਬਣ ਭਾਂਬੜ ਮੱਚਿਆ ਗਿਆ ਰਿਹਾ ਦਾ ਰਾਜੇ ਖਿੱਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨੀ ਫੋਕੇ ਲਲਕਾਰਿਆਂ ਦਾ ਔਰ ਉਧਰ ਵਿਜੇ ਮਲਕਾ ਭਰਾ ਸਾਡਾ ਉਹ ਵੀਰ ਕਹਿੰਦਾ ਵੀ ਜੇ ਸਾਡੀ ਜ਼ਿੰਦਗੀ ਦਾ ਮਾਣ ਰਾਜ ਸਰ ਵਾਲਾ ਜੱਸਾ ਜੇ ਛੋਟੂ ਦੇ ਉੱਤੇ ਸਿੰਗਲੈਂਡ ਦੀ ਸਮੈਸ਼ ਮਾਰਦਾ ਤੇ 5 ਪਾਉਂਡ ਦੇ ਉੱਤੇ ਜਾਣੇ ਹੈ ਉਧਰ ਨਿਰਮਲਾ ਭਰਾ ਸਾਡਾ ਆਹ ਨਿਰਮਲ ਮਾਣ ਜ਼ਿੰਦਗੀ ਦਾ ਮਾਣ ਘਨੌਰ ਵਾਲਾ ਉਹਦੀ ਲਾਈਵ ਜੁੜਿਆ ਹੋਇਆ ਆਹ ਵੱਡੀ ਟੱਕਰ ਖੇਡੀ ਜਾ ਰਹੀ ਹੈ ਗਰਾਊਂਡ ਦੇ ਵਿੱਚ ਤੇ ਇੱਕ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿਹੜੀ ਟੀਮ ਨੇ ਜਿੱਤਣਾ ਆਹ ਧੱਕ ਤੇ ਪੈਣੀ ਹੈ ਮੇਲਾ ਨੱਥੋ ਕਿਹੜੀ ਧਰਤੀ ਦਾ ਆਹ ਵੇਖ ਮੇਰੇ ਮਿੱਤਰ ਸ਼ੱਕ ਤੇ ਰਹਿਣੀ ਹੈ ਮੈਚ ਬੜਾ ਜਾਨਦਾਰ ਹੈ ਪਰ ਸਾਹਮਣੇ ਰਾਇਸਰ ਦਾ ਜੱਸਾ ਉਹ ਗਲਤੀ ਕਰ ਗਿਆ ਮਾਰੇ ਕੇ ਪਿੰਡ ਦਾ ਸ਼ਿਵਮ ਸ਼ਰਮਾ ਭਰਾ ਸਾਡਾ ਉਹ ਵੀ ਲਾਈਵ ਜੁੜਿਆ ਹੋਇਆ ਅੱਜ ਦੇ ਨਾਲ ਮੈਚਾਂ ਦੇ ਨਾਲ ਬਾਈ ਸਾਹਿਬ ਫਾਈਨਲ ਮੈਚ ਆ ਜੀ ਫਾਈਨਲ ਮੈਚ ਚੱਲੀ ਜਾਂਦਾ ਯੂਪੀ ਸਹਾਰਨਪੁਰ ਤੇ ਚੈਣੇਵਾਲ ਦਾ ਲਾ ਵੀ 0-2 ਹੀ ਹੈ ਵਰਿੰਦਰ ਪਾਟਲ ਦੇ 4-0 ਦੀ ਟੱਕਰ ਹੈ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਇੱਕ ਪਾਸੇ ਮਾਜਰੇ ਵਾਲਾ ਖਿਡਾਰੀ ਦੋਨੋਂ ਚੋਟੀ ਦੇ ਰਹੇ ਹੈ ਇਧਰਲੇ ਪਾਸੇ ਵੀ ਹੈ
ਕਹਿੰਦੇ ਮਾਜਰੇਵਾਲ ਦਾ ਸਿੱਕਾ ਚੱਲਦਾ ਕਿਰਪਾਲਿਆਂ ਦੇ ਵੱਡੇ ਕੱਪ ਦਾ ਇਹ ਮੁੰਡਾ ਕਹਿੰਦੇ ਮੋਟਰਸਾਈਕਲ ਦਾ ਜੇਤੂ ਆ ਖੜਾਰੀ ਹੈ ਔਰ ਇਧਰਲੇ ਪਾਸੇ ਚੈਣੇ ਵਾਲੀ ਹੈ ਜਿਹੜਾ ਹਰ ਵਰਗੇ ਆ ਬਾਬੇ ਵਰਗੇ ਵੱਡੇ ਵੱਡੇ ਮੇਲਿਆਂ ਦੇ ਵੀ ਬੈਸਟ ਬਣੇ ਮੁੰਡੇ ਆ ਔਰ ਚੈਣੇ ਵਾਲੀ ਇਹ ਪਰਮ ਦਾ ਵੀ ਹੈ ਮੇਰੇ ਮਿੱਤਰੋ ਨਾਮ ਬੜਾ ਵੱਡਾ ਹੈ ਤਾਂ ਉਹ ਸਾਹਮਣੇ ਚਾਰ ਤੋਂ ਪੰਜ ਹੁਣ ਕੌਣ ਕਰੂਗਾ ਆਪਣੀ ਟੀਮ ਦੇ ਲਈ ਹੈ ਗੱਲ ਤੇ ਸਾਰੀ ਹੈ ਜਿਹੜੀ ਮੌਕੇ ਦੀ ਹੈ ਵੀ ਮੱਝ ਰਿੰਗਦੀ ਹੁੰਦੀ ਤੇ ਗਾਂ ਰੰਭਦੀ ਹੁੰਦੀ ਹੈ ਉਹ ਘੋੜੀ ਥੱਕਦੀ ਨਹੀਂ ਹੁੰਦੀ ਹੈ ਬਈ ਘੋੜੀ ਹੰਭਦੀ ਹੁੰਦੀ ਹੈ ਬੰਦ ਤੋੜਦੇ ਨਹੀਂ ਹੁੰਦੇ ਬੰਦ ਹੱਕਦੇ ਹੁੰਦੇ ਆ ਤੇ ਕੁੱਤੇ ਪੀਂਦੇ ਨਹੀਂ ਉਹ ਹੁੰਦੇ ਆ ਬਈ ਕੁੱਤੇ ਲੱਕਦੇ ਹੁੰਦੇ ਆ ਬਾਤ ਬੋਲੀ ਨਹੀਂ ਉਹ ਜਾਂਦੀ ਹੈ ਉਹ ਬਾਤ ਪਾਈ ਜਾਂਦੀ ਹੈ ਖੀਰ ਪੀਤੀ ਵੀ ਜਾਂਦੀ ਤੇ ਨਾਲੇ ਆ ਖਾਈ ਜਾਂਦੀ ਹੈ ਮੁੰਡਾ ਸਾਹਿਬ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਹੈ ਆਕੜ ਟੁੱਟਦੀ ਨਹੀਂ ਹੁੰਦੀ ਹੈ ਆਕੜ ਤੇ ਭੰਨੀ ਜਾਂਦੀ ਹੈ ਆਕੜ ਟੁੱਟਦੀ ਨਹੀਂ ਹੁੰਦੀ ਹੈ ਆਕੜ ਤੇ ਭੰਨੀ ਜਾਂਦੀ ਹੈ ਉਹ ਪਾਣੀ ਜਲ ਵੀ ਹੁੰਦਾ ਨੀਰ ਵੀ ਹੁੰਦਾ ਤੇ ਨਾਲੇ ਜਲੂਆ ਹੁੰਦਾ ਤੇ ਤੁਹਾਡੇ ਸਪਾਈਡਰਮੈਨ ਹੋਊਗਾ ਬਈ ਸਾਡੇ ਤੇ ਹਰੀ ਸਿੰਘ ਨਲੂਆ ਹੁੰਦਾ ਉਹ ਕਮਾਲ ਹੋਈ ਪਈ ਹੈ ਰਾਏਸਰ ਦੇ ਜੱਸੇ ਨੇ ਨੰਬਰ ਕਈ ਜੋੜ ਦਿੱਤੇ ਨੇ ਆਪਣੀ ਟੀਮ ਦੇ ਲਈ ਹੈ ਪੰਜਵਾਂ ਪੁਆਇੰਟ ਜੋੜ ਕੇ ਆ ਛੇਵੇਂ ਦੀ ਤਿਆਰੀ ਦੇ ਵਿੱਚ ਆ ਮੁੰਡੇ ਆ ਉਧਰਲੇ ਪਾਸੇ ਮੇਰੇ ਮਿੱਤਰ ਮੁੰਡੇ ਸੋਚਾਂ ਵਿਚਾਰਾਂ ਦੇ ਵਿੱਚ ਆ ਬਿਉਂਦਬੰਦੀਆਂ ਕਰ ਰਹੇ ਨੇ ਵੀ ਆਹ ਖੇਡ ਦੇ ਮੈਦਾਨ ਦੇ ਵਿੱਚ ਵਾਪਸੀ ਤੇ ਵਾਪਸੀ ਹੁਣ ਕੀਤੀ ਕਿਵੇਂ ਜਾ ਸਕਦੀ ਹੈ ਪੰਜ ਤੋਂ ਛੇ ਹੋਣਗੇ ਜਾਂ ਸਭ ਚੇਂਜ ਆ ਵੀ ਗੱਲਾਂ ਕਿਹੜੀ ਗੱਲ ਸੁਣਿਆ ਵੀਰਾ ਨੰਬਰ ਛੇਵਾਂ ਜਿਹੜਾ ਚੈਨੇਵਾਲ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹਾਂ ਨੰਬਰ ਸੱਤਵਾਂ ਜੁੜ ਗਿਆ ਵੀਰਿਆ ਸੱਤ ਤੇ ਉਧਰ ਹਾਲੇ ਖਾਤਾ ਨਹੀਂ ਖੁੱਲਿਆ ਕੋਈ ਸ਼ੱਕ ਨਹੀਂ ਮਿੱਤਰਾਂ ਆਹ ਸੱਤ ਤੇ ਹਾਲੇ ਸਿਫਰ ਦੀ ਜਿਹੜੀ ਟੱਕਰ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਦੋ ਖਿਡਾਰੀ ਖੇਡਦੇ ਆ ਮੋਟਰਸਾਈਕਲਾਂ ਦੇ ਜੇਤੂ ਔਰ ਨੰਬਰ ਅੱਠਵਾਂ ਵੀ ਜੋੜ ਦਿੱਤਾ ਮੁੰਡਿਆਂ ਨੇ ਆਪਣੀ ਟੀਮ ਦੇ ਲਈ ਚਾਂਗਲੀ ਦਾ ਵਰਿੰਦਰ ਪੁੱਜਿਆ ਹੋਇਆ ਵੀਰ ਆ ਸਾਡੀ ਜਿੰਦਗੀ ਦਾ ਨਾਲ ਹੀ ਗੁਰੀ ਕੈਨੇਡਾ ਦੇ ਲੰਬਾ ਕੈਨੇਡਾ ਇਸੇ ਨਗਰ ਤੋਂ ਸਾਡੇ ਵੀਰ ਉਹ ਵੀ ਲਾਈਵ ਜੁੜੇ ਨੇ ਮੈਚਾਂ ਦੇ ਨਾਲ ਵੱਡੀਆਂ ਮੁਬਾਰਕਾਂ ਭੇਜ ਰਹੇ ਨੇ ਭਰਾ ਸਾਡੇ ਗੁਰੀ ਤੇ ਨਾਲ ਲੰਬਾ ਕੈਨੇਡਾ ਉਹ ਵੀ ਇਸੇ ਨਗਰ ਤੋਂ ਭਰਾ ਸਾਡੇ ਲਾਈਵ ਜੁੜੇ ਹੋਏ ਆ ਅੱਠ ਤੇ ਜੀਰੋ ਦੀ ਟੱਕਰ ਆ ਉਹ ਮੇਰੇ ਮਿੱਤਰੋ ਨੰਬਰ ਨੌਵਾਂ ਜੋੜਨ ਦੇ ਲਈ ਤਿਆਰ ਬਰ ਤਿਆਰ ਨੇ ਮਾਜਰੇ ਵਾਲਿਆ ਅੱਜ ਤੇ ਦੂਰੀ ਵੀ ਬੜੀ ਤੈਅ ਕੀਤੀ ਆ ਤੇਰੇ ਸੱਜਣ ਮਿੱਤਰ ਵੀ ਅੱਜ ਦੇ ਮਾਰ ਕਰਕੇ ਤੇਰੇ ਤੇ ਆਏ ਨੇ ਤੇ ਜੇ ਇੱਥੋਂ ਮੈਂ ਜਿੱਤੇ ਉਹ ਗੱਲਾਂ ਫੇਰ ਹੋਣਗੀਆਂ ਵੀ ਮੁੰਡਾ ਤਗੜਾ ਖਿਡਾਰੀ ਹੈ ਮਾਜਰੇ ਵਾਲਾ ਟਰਾਈ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਪਰ ਰਾਏਸਰ ਵਾਲਾ ਇਹ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਦੁਨੀਆਂ ਜਾਣਦੀ ਹੈ ਇਸ ਗੱਭਰੂ ਦੇ ਰਾਬੇ ਜਦੋਂ ਹੁੰਦੇ ਆ ਤੇ ਫੇਰ ਮਿੱਤਰੋ ਵੱਡੇ ਵੱਡੇ ਖੱਬੀ ਖਾਨ ਇਹ ਮੁੰਡੇ ਦੇ ਮੂਹਰੇ ਟਿਕ ਨਹੀਂ ਪਾਉਂਦੇ ਆ ਇਹ ਕਹਿੰਦੇ ਮੁੰਡੇ ਦੀ ਖੇਡ ਬੜੀ ਨਿਰਾਲੀ ਹੈ ਲੈ ਵੀ ਹੁਣ ਜੋਰ ਦਾ ਨੰਬਰ ਮਾਜਰੇ ਵਾਲਿਆ ਹੁਣ ਪਤਾ ਲੱਗੂਗਾ ਉਹ ਵੀ ਕਿਹਦਿਆ ਟੌਲਿਆ ਪੱਟਾਂ ਦੇ ਵਿੱਚ ਕਿੰਨੀ ਕੁ ਜਾਣ ਹੈ ਵੀ ਪਤਾ ਲੱਗ ਜਾਂਦਾ ਹਿੱਕ ਵਿੱਚ ਜੋਰ ਦਾ ਜੇ ਹਾਣ ਦੇ ਨਾ ਚੱਫਾ ਲੱਗ ਜੇ ਪਤਾ ਲੱਗ ਜਾਂਦਾ ਹੈ ਉਹ ਹਿੱਕ ਵਿੱਚ ਜੋਰ ਦਾ ਜੇ ਹਾਰ ਦੇਣਾ ਜੱਫਾ ਲੱਗ ਜੇ ਟੱਕਰ ਤੇ ਉਹ ਵੱਡੀ ਆ ਖੇਡ ਦੇ ਮੈਦਾਨ ਦੇ ਵਿੱਚ ਅੱਠ ਤੋਂ ਨੌ ਕਰਨ ਦੇ ਲਈ ਮੁੰਡੇ ਨੇ ਤਿਆਰੀ ਤੇ ਕੀਤੀ ਹੋਈ ਆ ਨੱਥੋਕਿਆਂ ਦੀ ਧਰਤੀ ਆ ਫਾਈਨਲ ਮੈਚ ਆ ਰਿਕਾਰਡ ਕਈ ਬਣ ਜਾਣਗੇ ਤੇ ਕਈ ਟੁੱਟ ਜਾਣਗੇ ਰਿਕਾਰਡ ਬਣਦੇ ਵੀ ਟੁੱਟਣ ਨੂੰ ਆ ਤੇ ਟੁੱਟਦੇ ਵੀ ਰਿਕਾਰਡ ਜਿਹੜੇ ਬਣਨ ਨੂੰ ਨੇ ਲੈ ਵੀ ਜਜਾਰ ਜੇ ਤੂੰ ਤੋੜ ਗਿਆ ਪੱਟੀ ਤੇ ਮਾਨ ਤੇਰੇ ਵੀ ਵੱਡੇ ਕਰ ਦਿੱਤੇ ਜਾਣਗੇ ਇਹ ਸਾਹਮਣੇ ਸਵਾਦ ਵੱਖਰਾ ਦੀਪਕ ਹੋਣੀ ਸੱਜਣ ਵਰਗੇ ਮੁੰਡੇ ਵੱਡੀਆਂ ਦੂਰੀਆਂ ਤੈਅ ਕਰਕੇ ਆਏ ਨੇ ਪਰ ਨੰਬਰ ਹੁਣ ਨੌਵਾਂ ਚੈਣੇ ਵਾਲੀਏ ਇਹ ਸਾਹਮਣੇ ਬੱਲੇ ਆਓ ਬੱਲੇ 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 ਹਰ ਦਿਨ ਬੁੱਧਵਾਰ ਨਹੀਂ ਹੁੰਦਾ ਸੋਹਣਿਆ ਵੀਰਾ ਉਹ ਕਦੇ ਦਾਦੇ ਦੀਆਂ ਸੁਖਦੀਪ ਤੇ ਕਦੇ ਪੋਤੇ ਦੀਆਂ ਤੇ ਸਿਆਣਿਆਂ ਦੀ ਤੱਤ ਕੱਢੇ ਹੋਏ ਨੇ ਆ ਜੀਰੋ ਤੇ ਅੱਠ ਦੀ ਟੱਕਰ ਆ ਜੈਮਲ ਸਿੰਘ ਪਾਲਾ ਪਿੰਡ ਹੈ ਗੁਰਲਾਲ ਦਾ ਸਾਡੀ ਕਾਸਕੋ ਕ੍ਰੇਡ ਦਾ ਤੇ ਸਾਡੀ ਖੇਡ ਵਾਲੀਬਾਲ ਦਾ ਉਹ ਬੜਾ ਪ੍ਰਸਿੱਧ ਬੁਲਾਰਾ ਗੱਲ ਕਰੂਗਾ ਚੱਲਦੇ ਮੈਚ ਦੀ ਨੰਬਰ ਪਹਿਲਾਂ ਜੁੜ ਗਿਆ ਉਹ ਸਾਹਮਣੇ ਨੰਬਰ ਉਧਰ ਪਹਿਲਾਂ ਜੁੜ ਗਿਆ ਵੀਰਿਆ ਔਰ ਇੱਕ ਤੇ ਅੱਠ ਦੀ ਖੇਡ ਖੇਡੀ ਜਾ ਰਹੀ ਆ ਹਵਾ ਵੀ ਸ਼ੁਰੂ ਹੋ ਗਈ ਆ ਵੀਰੇ ਪਰਮਾਤਮਾ ਸੁੱਖ ਰੱਖੇ ਵਾਹਿਗੁਰੂ ਬਾਬਾ ਨਾਨਕ ਆਹ ਮੇਰੇ ਮਿੱਤਰ ਸੁੱਖ ਬਖਸ਼ੇ ਪਰ ਸਾਹਮਣੇ ਇੱਕ ਤੇ ਅੱਠ ਦੀ ਟੱਕਰ ਹੈ ਇੱਧਰ ਕਹਿੰਦੇ ਛੋਟੂ ਮਾਜਰਾ ਗੱਭਰੂ ਤਿਆਰ ਬਾਰ ਤਿਆਰ ਹੈ ਖੇਡ ਗਰਾਊਂਡ ਦੇ ਅੰਦਰ ਵੀ ਚੈੱਕ ਕਰੀ ਇਤਿਹਾਸ ਕਿੰਨੇ ਯਾਰ ਬੰਦੇ ਖਾਸ ਆਹ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਤੇ ਸਾਡੇ ਪੱਲੇ ਆ ਰਿਕਾਰਡ ਬੋਲਦੇ ਇਹ ਗੱਲ ਜਿਹੜੀ ਪੱਕੀ ਆ ਵੀਰ ਇੱਧਰ ਨੰਬਰ ਜਿਹੜੇ ਦੋ ਜੁੜ ਗਏ ਆ ਔਰ ਦੋ ਤੇ ਅੱਠ ਦੀ ਟੱਕਰ ਹੈ ਦੱਸਿਆ ਉਹ ਕਾਬੂ ਕਰਨੇ ਬਹੁਤ ਔਖੇ ਆ ਵੀਰ ਤੇ ਉਹਨਾਂ ਨੇ ਲੰਮਾ ਪੈਂਦਾ ਤੈਅ ਕੀਤਾ ਅੱਜ ਇਸ ਮੇਲੇ ਦੇ ਉੱਤੇ ਤੇ ਕਿਸੇ ਗੱਲ ਵਾਲੀ ਗੱਭਰੂ ਐਡੀ ਦੂਰੋਂ ਚੱਲ ਕੇ ਆਇਆ ਮਾਨਤਾਨ ਤੇ ਬਣਦੇ ਹੀ ਆ ਮਿੱਤਰਾਂ ਆਓ ਸਾਹਮਣੇ ਖੇਡ ਗਰਾਊਂਡ ਦੇ ਅੰਦਰ ਮੁੰਡੇ ਜਿਹੜੀ ਕਮਾਲ ਕਰੀ ਆਉਂਦੇ ਆ ਇੱਧਰ ਜੁਝਾਰ ਵਰਗੇ ਦੁਨੀਆਂ ਦੇ ਇੱਕ ਟੌਪ ਦੇ ਖਿਡਾਰੀ ਹੈ ਪਰ ਇਹ ਕਹਿੰਦੇ
ਰਾਇਸਰ ਦਾ ਜੱਸਾ ਹੈ। ਇਹ ਰਾਇਸਰ ਦੀ ਧਰਤੀ ਦਾ ਆਓ ਜੱਸਾ ਮੇਰੇ ਮਿੱਤਰੋ, ਜੇ ਤੂੰ ਬਾਜ ਨੂੰ ਨੀ ਜਾਣਦੀ ਤੂੰ ਤਿਲ ਨੂੰ ਨੀ ਜਾਣਦੀ, ਤੇ ਵੱਡੀ ਮਜਾਜੇ ਤੂੰ ਤਿਲ ਨੂੰ ਨੀ ਜਾਣਦੀ। ਨੰਬਰ 9 ਜੁੜ ਗਿਆ, 9 ਤੇ 2 ਦੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ। 10ਵੀਂ ਦੀ ਭਾਲ ਦੇ ਵਿੱਚ ਆ ਮੁੰਡੇ, ਬਾਜ ਸਾਡਾ ਵੀਰ ਉਹ ਵੀ ਆਇਆ। ਉਸ ਵੀਰ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਅੱਜ ਦੇ ਇਸ ਵੱਡੇ ਮੇਲੇ ਦੇ ਉੱਤੇ ਪਹੁੰਚਣ ਤੇ। ਸਾਡਾ ਵੀਰ ਜਿਹੜਾ ਬਾਜ ਵੀ ਪੁੱਜਿਆ ਹੋਇਆ। ਲਓ ਨੰਬਰ ਇੱਧਰ 10ਵਾਂ ਜੋੜ ਦਿੱਤਾ ਮੁੰਡੇ ਨੇ। ਲਓ ਵੇਂਦਿਆਂ ਵੇਂਦਿਆਂ ਸਾਈਡਾਂ ਚੇਂਜ ਕਰਦੀਆਂ ਨੇ। ਇੱਕ ਵਾਰੀ ਆ ਤਾੜੀ ਮਾਰ ਦੋ, ਦਾ ਮੈਚ ਸਮਾਪਤ ਹੈ। ਬੈਂਡੀ ਸ਼ਰਮਾ ਕਲੱਬ ਚੈਨਿਆਲ ਦੀ ਟੀਮ ਦੇ 10 ਪੁਆਇੰਟ ਆ। ਵਰਿੰਦਰ ਦੂਜੇ ਪਾਸੇ ਕਿੰਨੇ ਨੇ? 2 2 10 ਤੇ 2 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਔਰ ਥੋੜਾ ਕਿਤੇ ਨਾ ਕਿਤੇ ਸਾਈਡਾਂ ਦਾ ਵੀ ਵਾਧਾ ਘਾਟਾ ਹੋਊਗਾ ਜ਼ਰੂਰ। 10 ਤੇ 2 ਦਾ ਮੁਕਾਬਲਾ ਖੇਡਿਆ ਜਾ ਰਿਹਾ। ਨੰਬਰ 11ਵਾਂ ਜੁੜਨ ਦੇ ਲਈ ਹੈ ਮੈਂਡੀ ਸ਼ਰਮਾ ਕਲੱਬ ਚੈਨਿਆਲ ਦੀ ਟੀਮ ਦੇ ਖਿਡਾਰੀ ਹੈ ਜਿਹੜੇ ਤਿਆਰ ਬਰ ਤਿਆਰ ਨੇ ਖੇਡ ਦੇ ਮੈਦਾਨ ਦੇ ਵਿੱਚ। 10 ਤੋਂ 11 ਹੋਣਗੇ ਜਾਂ ਸਰਵ ਚੇਂਜ ਪਾਣੀ ਵਾਲੇ ਬਾਬਾ ਜੀ 10 ਮਿੰਟ ਨੂੰ। ਬਾਬਾ ਵੀ ਪੜ੍ਹਨ ਲੱਗ ਗਿਆ ਦੋਸਤੋ, ਦੇਖੋ ਕਿਹੜਾ ਸਮਾਂ ਬੀਤਿਆ ਯਾਰ। ਹੁਣ ਕੱਲ੍ਹ ਆਇਆ ਸੀ 5 ਵਜੇ ਮੈਂ ਇੱਥੇ, ਦੁਬਾਰਾ 5 ਵਜਣ ਵਾਲੇ ਹੋ ਗਏ, 12 ਘੰਟੇ ਬਾਬੇ ਯਾਰ। ਵਾਹਿਗੁਰੂ ਸੁੱਖ ਰੱਖੇ ਪਰਮਾਤਮਾ। ਬਾਬੇ ਯਾਰ ਇੱਧਰ 3 ਵਜੇ ਪੜ੍ਹਨ ਲੱਗ ਜਾਂਦੇ ਬਾਬੇ ਯਾਰ, 5:30 ਦਾ ਯਾਰ 5 ਵਜੇ ਲੱਗਦਾ ਯਾਰ। ਕਮਾਲ ਉਸਤਾਦ ਯਾਰ, ਹਵਾ ਚੱਲਦੀ ਹੈ ਦੋਸਤੋ, ਠੰਡੀ ਠਾਰ ਮੌਜਾਂ ਹੀ ਹੈ, ਸਿਮਲਾ ਹੀ ਭਰਦਾ। ਬਾਈ ਕਮੈਂਟ ਕਰਦੇ ਰਿਹਾ ਕਰੋ ਚੰਗਾ ਯਾਰ ਵਿੱਚ ਦੀ। ਪਤਾ ਕੀ ਗੱਲ ਆ, ਇਹਦੇ ਨਾਲ ਮੁੜ ਕੇ ਕਮੈਂਟ ਨਹੀਂ ਰੁਕਦੇ, ਜਦੋਂ ਨਾਲ ਕੋਈ ਲੌਂਗ ਟਾਈਮ ਕਮੈਂਟ ਨਹੀਂ ਆਉਂਦਾ ਤੇ ਮੁੜ ਕੇ ਕਮੈਂਟ ਰੁਕ ਜਾਂਦੇ ਆ। ਹਾਂ ਜੋਨੀ ਕਿੱਦਾਂ ਹੋਰ ਯਾਰ, ਠੀਕ ਆ ਤੂੰ? ਓਏ ਹੋਰ ਯਾਰ, ਸਾਡੇ ਪਿੰਡ ਦਾ ਬਾਬਾ ਸਾਹਮਣੇ ਲੱਗੇ 5 ਵਜੇ ਲੱਗਦੇ, ਇੱਥੇ 3 ਵਜੇ ਲੱਗ ਗਿਆ ਬਾਬੇ। ਅਲੱਗ ਅਲੱਗ ਪਿੰਡਾਂ ਦੀ ਅਲੱਗ ਅਲੱਗ ਰੌਂਸ ਹੁੰਦੀ ਹੈ ਨਾ। ਜੁਝਾਰ ਨੇ ਪੱਟੀ ਤੋੜ ਦਿੱਤੀ ਹੈ। ਦੱਸ ਦੋ ਯਾਰ ਨੰਬਰ ਕਿ ਪੁਆਇੰਟ ਲੱਗ ਗਿਆ। 10 ਤੇ 2 ਹੋਰ ਯਾਰ, 19 ਪੁਆਇੰਟਾਂ ਦਾ ਮੈਚ ਹੈ ਪਰ ਰਾਇਸਰ ਵਾਲੇ ਨੂੰ ਐਵੇਂ ਨਹੀਂ, ਸਾਡੇ ਪਿੰਡ ਬਾਬਾ ਬੜਾ ਲੇਟ ਲੱਗਦਾ। ਆਓ ਕਮਾਲ ਦੇ, ਅਸੀਂ ਤੇ ਐਡਵਾਂਸ ਹੈ, ਬਾਬਾ ਹੀ ਲੇਟ ਹੈ। ਇੱਕ ਹੋਰ ਜੋੜ ਦਿੱਤਾ ਹੈ ਵੀ ਜਿਗਰਾ ਦਲੇਰ ਤੇ ਬੜੀ ਇਹਦੇ ਵਿੱਚ ਫੁਰਤੀ ਹੈ। ਆਓ ਦਲੇਰੀਆਂ ਦੀ ਦਿੱਤੀ ਹੋਣੀ ਮਾਂ ਨੇ ਇਹਨੂੰ ਗੁੜਤੀ ਹੈ, ਹੌਸਲਾ ਬੁਲੰਦ ਹੈ, ਸੀਨਾ ਚੌੜਾ ਜੱਸੇ ਦਾ, ਐਵੇਂ ਧਾਨੀ ਪਿੰਡ ਪਿੰਡ ਰੌਲਾ ਜੱਸੇ ਦਾ, ਐਵੇਂ ਧਾਨੀ ਪਿੰਡ ਪਿੰਡ ਰੌਲਾ ਜੱਸੇ ਦਾ। ਇਹ ਕਹਿੰਦੇ ਮੁੰਡੇ ਦੀ ਮਿਹਨਤ ਕੀਤੀ ਹੋਈ ਹੈ ਤਾਂ ਜਾ ਕੇ ਦੁਨੀਆ ਭਰ ਦੇ ਵਿੱਚ ਇਸ ਚੋਪਰ ਦਾ ਨਾਮ ਬਣਿਆ ਹੈ। ਲਓ ਗਲਤੀ ਕਰ ਗਿਆ ਖਿਡਾਰੀ ਹੈ ਔਰ ਨੰਬਰ ਜਿਹੜਾ ਮੇਰੇ ਮਿੱਤਰੋ ਯੂਪੀ ਸਹਾਰਨਪੁਰ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ। ਵਿਸ਼ਾਲ ਦਾ ਕਹਿੰਦੇ ਖਾਰੀਵਾਸ ਪਿੰਡ ਹੈ ਜਿਹੜਾ ਮੁੰਡਾ ਨਿੱਟ ਤੇ ਖੇਡ ਰਿਹਾ ਅੱਜ ਸਹਾਰਨਪੁਰ ਦੀ ਟੀਮ ਦੇ ਲਈ ਹੈ ਤੇ ਨਾਲ ਮੈਂ ਤੱਕਦਾ ਮਾਜਰੇ ਵਾਲਾ। ਮਾਜਰੇ ਵਾਲਿਆ ਆਪ ਨੀ ਹੋਣੇ, ਇਹ ਤੇ ਕਰਨੇ ਪੈਣਗੇ ਆ, ਅੱਗੇ ਵੱਧ ਕੇ ਕੋਸ਼ਿਸ਼ ਜਿਹੜੀ ਕਰਨੀ ਪੈਣੀ ਹੈ। ਲਓ ਦੀਪਕ ਰਾਣੇ ਨੇ ਪੱਟੀ ਤੋੜ ਕੇ ਪੁਆਇੰਟ 3 ਜਿਹੜਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਹੈ। ਵੀ ਬਿਨਾਂ ਗੱਲੋਂ ਕਾਲਜੇ ਦਾ ਟੱਪਣਾ ਹੁੰਦੀ ਹੈ ਨਿਸ਼ਾਨੀ ਬੰਦੇ ਖੜੇ ਨੂੰ, ਆ ਬੈਠਿਆਂ ਨੂੰ ਦੁਨੀਆਂ ਨੀ ਪੂਜਦੀ ਹੈ, ਇੱਥੇ ਮਿਲਦੀ ਸਲਾਮੀ ਹੈ। ਹੁਣ ਬੰਦੇ ਖੜੇ ਨੂੰ 3 ਤੋਂ 4 ਹੋਣਗੇ ਜਾਂ ਚੇਂਜ ਹੋਊਗੀ, ਆਹ ਗੱਲ ਵੱਡੀ ਹੈ। ਆਹ ਗੱਲ ਜਿਹੜੀ ਵੱਡੀ ਹੈ, ਗੌਰਵ ਭਰਾ ਸਾਡਾ ਬਰੂੰਦੀ ਵਾਲਾ ਉਹ ਵੀਰ ਵੀ ਲਾਈਵ ਜੁੜਿਆ ਹੋਇਆ ਇਹਨਾਂ ਮੈਚਾਂ ਦੇ ਨਾਲ। ਜੇ ਛੋਟੂ ਵਿਨ ਕਰਦਾ ਫਾਈਨਲ ਮੈਚ ਤੇ ਬਾਈ ਕਹਿੰਦਾ ਵੀ ਆਪਾਂ 3100 ਦੇ ਦੇਣਾ, ਵੱਡੀ ਗੱਲਬਾਤ ਹੋਣੀ ਹੈ। ਗੌਰਵ ਬਰੂੰਦੀ ਵਾਲਾ ਸਾਡੀ ਜ਼ਿੰਦਗੀ ਦਾ ਮਾਣ ਹੈ, ਬਾਈ ਨੇ ਆਪਣੇ ਪਿੰਡ ਮੇਲਾ ਕਰਵਾਇਆ ਤੇ ਲੋਕਾਂ ਦੇ ਮੇਰੇ ਮਿੱਤਰ ਸੁਪਨੇ ਰਹਿਣੇ ਆ ਵੀ ਏਦਾਂ ਵੀ ਟੂਰਨਾਮੈਂਟ ਹੋ ਸਕਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਨੰਬਰ 1 ਹੋਰ ਜੁੜ ਗਿਆ, ਵਰਿੰਦਰ ਜੀ ਕੀ ਸਕੋਰ ਆ? 11-3 ਨੰਬਰ ਜਿਹੜੇ ਚੈਨਿਆਲ ਦੀ ਟੀਮ ਦੇ ਆ
और तीन नंबर मैं देखता ग्राउंड जे सहारनपुर यूपी की टीम दे है। एक खेड जी निराली नजाना खेड ग्राउंड मुंडे आओ बल्ले बल्ले करवा रहे हैं। मैच बड़ा चोटी का भी मुंडे डंड बैठका मारो कुड़ियो अपना रूप सवारो तू की मजबूरी है आओ बाकी दे काम बाद पहला सेहत जरूरी है। क्यों फिर कदम क्यों यार फिर कदम नहीं स्वाद आया करना लगी चार ग्यारह हो गए मैं लगता है चार से ग्यारह जेडे खिलाड़ी उत्तम ने जान के अज इस खेल टूरनामेंट दे है उन्होंने लिए कप वीर ने बड़े वधिया तरीके तैयार करवाए ने है। बेस्ट खिलाड़ियों के लिए कप जोड़े आओ दिते जाएंगे लो चार से ग्यारह पांचवा नंबर नागरे वाले बिरथी के मुंडे बाल लाने को फिरते हैं पर नागरे वाला भी है आओ बड़ा कदे पुराना खिलाड़ी है क्यूपर ने नंबर जोड़ा एक होर जोड़ दिता है जादूगर कहते इस खिलाड़ी नागरे वाला पिरथी नंबर जोड़ गया गरलान गल करूगा बाकी गल तो पक्की एवं नहीं दुनिया जादूगर कहते जादूगर किसी गल न ही खिताब मिले है पर इन तोप के खिताब भी किसी गल न ही मिले है। ये गल जी पक्की नौजवान है ये जो बाल मारदा बाल नहीं मारदा मारदा तो बंबी है लाओ सामने खेल मैदान भी अड़िया ना करवे हाले साड़ी उम्र न्याणी मैं सुनिया मेले चो विछड़ गए कई रूहां दे हाणी आ दर्द विछोड़े का सत होर नहीं जाता झेले मैं सुनिया सोहणिया वे विछड़िया दे हुंदे रब सबबी मिले कमेंट करते रहा करो भीर ए कमेंट नहीं रुकते जो लॉन्ग टाइम कमेंट नहीं होंगे तो मुड़ के कमेंट जो रुक जाते हैं लाओ सामने मैच बना जानदार खेडा जा रहा है नंबर गभरू जोड़ते जा रहे हैं कि टीम ने जितना किड़ी टीम ने 1000 जितना आओ समय ने दस देना मेरे मित्रों भी समय जहाना बलवान ना भलवान कोई ये नहीं मुड़ के इतने बहुत आखिर बढ़िया बढ़िया की चढ़ ला जाता हिम्मत करके वेख ला जे गल बन जाए अगे वधन कौन किसी राह दिंदा सारे दुख से हस के चर जाइए देबी नूं बस एक तेरा दुख रवा जांदा ये गल्लां पक्कियां ने जिहड़े देबी दे फैन आ ना वह किसी होर नूं नहीं सुणदे ये गल्लां सच ने ना जाना जिहड़े लाभे दे फैन आ वह लाभे नूं प्यार करदे आ आओ मेरे मित्रों आपो अपने टेस्ट की गल है पर अज मैच बड़े चोटी दे खेडे गए इस धरती दे उत्ते और गल्लां क्वार्टर दीआं टिकाणे लगियां फिर सैमी मैच ते आ फाइनल मैच आओ मेरे मित्रों खेडे जा रहे आ पर सामने गलती फिर मुंडे यूपी वाले कर गए ने और नंबर जेड़ा बैंडी शर्मा क्लब बेनती करदा यार जे अज दे खेल टूरनामेंट दे विच खिडारी है टीमां बेशक अपने कोल सीमित दीआं आईआं है पर यार मैच चंगे लगे वीरे प्रबंध वधिया लगे अज दे खेल टूरनामेंट दे है एक बारी भरा बन के नथो के पिंड लई ताड़ी मार दो यार जोरदार मैं बेनती करदा भरा साडे खेडां नूं प्यार करदे ने लाओ सामने माजरे वाला ट्राई ते करदा बाला नागरेवाल ते लाउन नूं फिरदा आओ नागरेवाल ही अज ते बाला फिट हो के आया मेरे मित्रों आओ गल्लां होणगीआं वड्डे कप दीआं लै वी पिरथी जे बाल छोटू ते लावे ते मान तेरे वड्डे होणगे उधरले पासे साडे वीर कहिंदे ने आओ कहिंदे मान आपां छोटू दा करदा वी जे टीम जित्तू रहिंदी आ हमीदे वाले भरा भी लाइव जुड़े हुए हैं वह कहते मां जोड़े आप माजरे वाले छोटू दे करने हैं जरूर पर मैच मुंडा आ जित के पहले नंबर से होना चाहिए ए बल्ले स्वाद वखरा दुनिया तक दी है वह बई है माड़ा मोटा रौला रौला ताड़ी तूड़ी मार दो वीर बन के अज ते नथो क्या धरती दे कुट कटापा हे बल्ले बल्ले स्वाद वखरा आ बल्ले बाल जोड़ी इन्ना माजरे वाला माजरे वाला भी आओ कहते चलते टाइम का टॉप का खिलाड़ी है ये भी मुंडे की कहते गलबात बड़ी है भी कोई गलबात बड़ी होगी है ना एवें दुनिया मिसाल दिंदी है रौला हो गए जो ग्रुप साडे का ते फिर पुलिस भी टाल दिंदी है भाई चार बार हो गए ग्रुप साडे का ते फिर पुलिस भी टाल दिंदी है माजरे वाला ओ आ गया मूड़ च मेरे मित्रों भी जट मुड़ू देखी पांच सत देर के नहीं अज पूरा मूड विच नहीं है नंबर दसी मेरे किन्ने हो गए वरिंदर चार बारह चार से बारह की जी खेड ग्राउंड खेडी जा रही है ये गल पक्की है नौजवाना भी जट मुड़ू अच पांच सत बजे झेड़ के जट पूरा मूड के बच्चे है
नंबर मुंडिया ने पांचवा जोड़ दिता है। सहारनपुर यूपी के नंबर जो पांच है और दूसरी साढ़े बारह ने जी और बारह नंबर है। सत्त नंबर की एक वड्डी लीड चैनल की टीम हासिल करी बैठी है नौजवाना, पर सामने मैं वेखना भी मुंडे की बड़ी अत की चढ़ाई है। मुड़को मुड़की हो गया लगे जोर चोबरा का, मुड़को मुड़की हो गया लगे जोर चोबरा का, कंडा भी नहीं चुभदा जिसम कठोर चोबरा का, चढ़ी जवानी गर्म खून ललकारे तामज दे, राजे खेले मर्द मलानों डर के नहीं भजदे, उधर चोनी भदेर साडा वीर है और जिंदगी का माण है। इन्हों बोलों के लिए 200 के वे माण लवरिंदर तेरे को पुजते करते वीर ने और वीर का मैं दिलों धन्यवाद करना। चोनी भदेर साड़ी जिंदगी का माण है, सियाण पिंड है साढ़े वीर का और वीर वालों इन्हों बोलों का माण जरा 200 के नाल किया गया, दिलों धन्यवाद है। उधर उन्होंने भी टाइम आउट की मांग कर ली है। बहुत बहुत शुक्रिया भीरे, मेहरबानी थोड़ी, इन्ना प्यार करते तुसी आपां जाउंदे रहो भाई। जदों जिंदगी की शुरुआत की सी ना बहुत साथ दिता भाई, उदों तो लैके तुसी हुण तक, सारिया कमेटियां का दिलों धन्नवाद, सारे भरावां का धन्नवाद, जिहड़े भाई मोढ़े नाल मोढ़ा ला के खड़े हैं ना, दवावां भाई तुहाडे लई जाउंदे वास्ते रहो, वाहिगुरू खुश रखे, तुहानूं चढ़दी कला च रखे, तुहाडे काम नूं दिन दुगणी रात चौगणी तरक्कियां बख्शे परमात्मा। ਸਾਡੇ ਕਿੰਨੇ ਗਿਵ ਰਹੇ? ਪੰਜ ਪੰਜ ਬਾਰਾਂ ਪੰਜ ਤੇ ਬਾਰਾਂ ਜੀ, ਪੰਜ ਨੰਬਰ ਛੇ ਹੋ ਗਏ, ਠੀਕ ਹੈ ਜੀ, ਛੇ ਪੰਜ ਹੋ ਗਿਆ ਜੀ, ਅੱਧੋ ਅੱਧ ਦਾ ਫਰਕ ਹੈ ਵੀ ਆਓ, ਜਿਹੜਾ ਬਾਬਾ ਬੈਠਾ ਵੀਲ ਚੇਅਰ ਤੇ ਹੋਣਾ ਯਾਰ ਉਹ ਕਦੇ ਕੌਡੀ ਬਾਂਡੀ ਖੇਡਦਾ, ਅੱਖਾਂ ਵਿੱਚ ਅੱਜ ਦੀ ਤੇ ਹੈ ਨਹੀਂ ਹੈ, ਆਓ ਜੋਤ ਬਈ ਫਿਰਦਾ ਸੀ ਮੇਲਿਆਂ ਚ ਕਦੇ ਮਿਲਦਾ, ਹੋਣਾ ਨੀ ਜਵਾਨੀ ਵੇਲੇ ਤਾਪ ਚੜਿਆ ਕਿ ਅੱਜ ਜਿਹਦੇ ਬੋਝੇ ਚ ਦਵਾਈਆਂ ਰਹਿੰਦੀਆਂ, ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ, ਬਾਕੀ ਟਾਈਮ ਟਾਈਮ ਦੀ ਗੱਲ ਹੁੰਦੀ ਆ। ਔਰ ਅੱਜ ਦੇ ਕਹਿੰਦੇ ਬਾਜ ਵੀ ਆਇਆ ਹੋਇਆ ਮੈਚਾਂ ਨੂੰ ਵੇਖਣ ਦੇ ਲਈ ਹੈ, ਬਾਜ ਵੀ ਹੈ ਅੱਜ ਦੇ ਕਹਿੰਦੇ ਚੇਚੇ ਤੌਰ ਤੇ ਪੁੱਜਿਆ ਵੀਰ ਸਾਡਾ, ਮੈਂ ਇਹਦੇ ਧੰਨਵਾਦ ਕਰਦਾ। ਲਓ 12 ਤੋਂ 13 ਪਰ ਸਾਹਮਣੇ ਨਾਗਰੇ ਵਾਲਾ ਗਲਤੀ ਕਰ ਗਿਆ ਵੀ ਇੱਕਣਾ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਹੈ ਤੇ ਇੱਕਣਾ ਦੇ ਘਰ ਧੀ ਹੈ ਧੀਆਂ ਘਰ ਦੋਤਰੇ ਹੈ, ਇੱਕਣਾ ਦੇ ਘਰ ਇੱਕ ਤੇ ਉਹ ਵੀ ਜਾਏ ਮਰ, ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਹੈ ਇਉਂ ਕਰ, ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਹੈ ਇਉਂ ਕਰ। ਹੈ ਜੀ ਕਿੰਨੇ ਕਿੰਨੀਆਂ ਗੱਲਾਂ, 12 ਸਹੀ ਹੈ ਨਾ, ਇੱਧਰ 12 ਤੇ 6 ਦੀ ਜਿਹੜੀ ਖੇਡ ਖੇਡੀ ਜਾ ਰਹੀ ਹੈ, ਹਰ ਇੱਕ ਵਧੀਆ ਮੈਚ ਖੇਡਿਆ ਜਾ ਰਿਹਾ, ਉਹਨਾਂ ਨੇ ਵੀ ਦੇਵੀ ਦੇਵਤੇ ਪੀਰ ਪੈਗੰਬਰ ਗੁਰੂ ਪੀਰ ਸਾਰੇ ਧਿਆ ਰਿਹਾ ਨੌਜਵਾਨ, ਹਰ ਮਸਲਾ ਜਿਹੜਾ ਬਹੁਤ ਵੱਡਾ ਬਣਿਆ ਪਿਆ। ਮੈਂ ਤੇ ਪਾਣੀ ਵਾਲੇ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ, ਸਵੇਰ ਦੇ ਆਇਆ ਭਰਾ ਸਾਡੇ ਲੰਘੇ ਵਾਲੀਆਂ ਬਾਬਾ ਤੇ ਨਾਲ ਤਰਸੇਮ ਪ੍ਰਧਾਨ ਨੱਥੋਵਾਲ ਪਿੰਡ ਤੋਂ ਔਰ ਸਵੇਰ ਤੋਂ ਲੈ ਕੇ ਹੁਣ ਤੱਕ ਵੀਰ ਜਿਹੜੇ ਸਾਡੇ ਪਾਣੀ ਦੀ ਸੇਵਾ ਕਰਦੇ ਆ। ਦੇਖੋ ਬਾਈ ਯਾਰ 20-25 ਲੀਟਰ ਜਿਹੜਾ ਢੋਲੀ ਦਾ ਭਾਰ ਵੀ ਹੈ ਔਰ ਕੱਪੜੇ ਵੀ ਗਿੱਲੇ ਹੋ ਜਾਂਦੇ ਆ, ਆਪਾਂ ਸਾਰੇ ਵੀਰਾਂ ਨੇ ਜਲ ਪਾਣੀ ਛਕਿਆ, ਇੱਕ ਤਾੜੀ ਮਾਰੋ ਯਾਰ ਦੋਨੋਂ ਪਾਣੀ ਵਾਲੇ ਵੀਰਾਂ ਦੇ ਲਈ, ਆਪਾਂ ਦਿਲੋਂ ਧੰਨਵਾਦ ਕਰਦੇ ਹਾਂ। ਔਰ NRI ਵੀਰ ਲਾਈਵ ਜੁੜੇ ਹੋਏ ਆ, ਮੇਰੀ ਬੇਨਤੀ ਆ ਵੀ ਆਪਾਂ ਨੂੰ 150 ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਆਪਾਂ ਜ਼ਰੂਰ ਮਾਣ ਕਰ ਦਈਏ ਸਾਡੇ ਵੀਰਾਂ ਦਾ। ਪਰ ਇੱਧਰ ਖੇਡ ਗਰਾਊਂਡ ਦੇ ਵਿੱਚ ਖੇਡ ਪੱਟੀ ਖੇਡੀ ਜਾ ਰਹੀ ਆ ਨੌਜਵਾਨਾਂ, ਇੱਕ ਟੱਕਰ ਜਿਹੜੀ ਆਹ ਪੱਟੀ ਆ ਇਹ ਕਹਿੰਦੇ ਛੋਟੂ ਮਾਜਰਾ, ਕਰ ਦਿਓ ਯਾਰ ਵੀਰੇ ਮਾਣ ਸਨਮਾਨ ਆਪਣੇ ਭਰਾਵਾਂ ਦਾ, ਭੇਜ ਦਿਓ ਪੈਸੇ ਯਾਰ ਵਰਿੰਦਰ ਕੋਲ ਵੀਰੇ ਕੋਲ, ਕੋਈ ਵੀ ਆਉਂਦਾ ਵੀਰਾ ਕੋਈ ਆਸ ਤੱਕ ਕੇ ਆਉਂਦਾ, ਇੱਕ ਉਮੀਦ ਲੈ ਕੇ ਆਉਂਦਾ। ਕਰ ਦਿਓ ਬਾਈ ਯਾਰ ਮਾਣ ਆਪਣੇ ਨਾ ਪਾਣੀ ਵਾਲੇ ਬਾਬਾ ਜੀ ਨੇ, ਹੈ ਨਾ ਦੋਨੋਂ ਲੋੜਵੰਦ ਪਰਿਵਾਰ 'ਚੋਂ ਵਿਚਾਰੇ, ਸਾਰਿਆਂ ਨੂੰ ਪਤਾ ਆਪਾਂ ਨੂੰ ਹੈ ਨਾ, ਅਤੇ ਬਾਲੀਵਾਲ ਪਰਿਵਾਰ ਆਪਾਂ ਅਤੇ ਆਪਣਾ ਉਹਨਾਂ ਬਾਈਆਂ ਦੇ ਆਪਣਾ ਹੱਕ ਵੀ ਬਣਦੇ ਨਾਲ ਖੜਨ ਦਾ,
जिनी श्रद्धा से जरूर करया करो सम्मान यार बेचार बोल जो नहीं किने किने कर दिए दो जने जो नहीं भाई जोनी दो जाने हैं बाबे ओके जी बहुत बता रहा उधर जोनी भंडेर साडा वीर है सियाड़ वाला दोनों पानी वाले वीर एक सौ सौ के जो वे माण आए हैं वरिंदर जी थोड़े को पहुंच के कर देंगे बहुत बहुत धन्यवाद मैं करना बड़ा सत्कारयोग वीर है साडा जोनी भंडेर सियाड़ वाला साड़ी जिंदगी का माण है दोनों पानी वाले वीर एक सौ सौ के जड़े वे मन पूजे किए हैं छोटू की स्कोर सत तेरह भाई भाई सत तेरह भीरे यूपी दे सत्ता भीरे कमेंट्री भाई कह के इन्हें बंगे ने बंद करवाती तो कमेंट करते रहो भाई आप आपकी गलबात करते रहेंगे इन्हें बंदा मैचों में जुड़िया रहा है ना ओ छोटू भाई यार कमाल कर दे उन्निया का आपा उस्ताद अठ तेरह हो गए ना उन्निया का आपा भाई अठ तेरह का स्कोर है अठ तेरह जी अठ तेरह अठ यूपी सहारनपुर तेरह नंबर चैने वाला वेरी गुड मॉर्निंग वीरे मनीला वाले भरावान का नौ हो गए भीरे नौ तेरह हो गए यार बड़ी लीड पट्टी मुंडिया ने दसो जी नौ तेरह नौ तेरह नौ तो तेरह हो गए तीन चार पॉइंट का फर्क बाकी रह गया है आ यार जो फाइनल मैच का मेरे सच्चे दिलों स्वाद आना एक बार जे वालीबॉल को प्यार कर रहे ताड़ी मार दो जोरदार मेरे वीर बहुत वधिया टक्कर है नौ तो तेरह चार पॉइंटा का जो फर्क आसे पासे आ जी संगत बैठी है ये संगत रवसदा है सारी संगत का बहुत बड़ा धन्यवाद है जी जड़ा भीर मनीला तो जुड़िया बराड़ भीरे मनीला जुड़े की टाइम हो गया भाई मनीला चुन की टाइम हो गया इस टाइम
फस गया, पौने सत्त हो गए। ओके 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 भाई, अपने थे किन्ने बज गए? अपने भाई हो गए 4:15 सवेर दे। छोड़ भाई छोड़, छोड़ भाई छोड़ रे, आई से निकाल ठोक। भाई कमाल करती यार, मुंडे ने टॉप का मैच लाया यार, खेडी जाते यार भाई, बड़ी लीड पटती यार भाई यूपी वाले मुंडे ने। वरिंदर जी स्पीकर बोले भी तकड़ी नानक दी है, 13-13 तोले है। माजरे वाले ने कहते सेंटर आके गेम ही घुमा दिती है। नावी रायसर वाले जे आ मुंडे इथो जित गए है तो पिंड जान दो दिल नहीं जे करना। 14-13 की टक्कर फाइनल मैच है, नथोगे की धरती है, यूपी ने पंजाब दी टीमां दी है। आओ कहते बड़ी टक्कर है, 14-13 उन्नीस पॉइंटा का मैच है, 21,000 के 15,000 रुपया प्राइज रखे हुए वीर के वलियों। उधर खिलाड़ी वीर ਦਿਓਂਤਬੰਦੀਆਂ ਕਰ ਰਹੇ ਨੇ ਵੀ ਸਾਡਾ ਜਿੱਤਦੀ ਦਿਓਂਤਬੰਦੀ ਜੰਗ ਨੂੰ, ਕੱਲੇ ਜਿੱਤਦੇ ਵੀ ਹੁੰਦੇ ਕਦੇ ਹਥਿਆਰ ਬਈ ਹੈ ਤੇ ਜਾਨਦਾਰ ਬੰਦਿਆਂ ਨਾਲ ਰਹਿੰਦੇ ਆ, ਤਾਂ ਹੀ ਰਹਿੰਦੀ ਆ ਫੀਲਿੰਗ ਸਾਡੀ ਹੈ, ਸ਼ਾਨਦਾਰ ਬਈ ਹੈ। ਆਓ ਜਾਨਦਾਰ ਬੰਦਿਆਂ ਨਾਲ ਰਹਿੰਦੇ ਆ ਤਾਂ ਹੀ ਰਹਿੰਦੀ ਆ ਫੀਲਿੰਗ ਸਾਡੀ ਹੈ, ਸ਼ਾਨਦਾਰ ਬਈ ਹੈ। 14-15 ਆਓ ਮਾਜਰੇ ਵਾਲਿਆਂ ਨੇ ਕਰਨ ਲਈ ਸਰਵਿਸ ਕਰ ਦਿੱਤੀ ਹੈ, ਪਰ ਜੇ ਮੈਚ ਜਿੱਤਣਾ ਤੇ ਚੈਣੇ ਵਾਲੀਓ ਹੁਣ ਤੇ ਸਾਰਿਆਂ ਨੂੰ ਬਾਹ ਜੋੜ ਲਾਉਣਾ ਪਊਗਾ। ਪਰ ਫਾੜੋ ਕੀ ਆਉਂਦੀ ਜਾਂਦੀ ਬਾਲ, ਇੱਕ ਅੱਧਾ ਪਾਲੇ ਧਰਤੀ ਦੀ ਹਿੱਕ ਤੇ ਥਾਂ ਟੱਪਾ, ਦੁਨੀਆਂ ਨੂੰ ਪਤਾ ਲੱਗੇ ਵੀ ਇਹ ਮੁੰਡਾ ਦੁਨੀਆਂ ਦਾ ਵੱਡਾ ਖਿਡਾਰੀ ਹੈ। ਉਹ ਸਾਹਮਣੇ ਸਚਿਨ ਗਲਤੀ ਕਰ ਗਿਆ ਰਾਣਾ, ਔਰ ਸਫਲਤਾ ਜਿਹੜੀ ਮੈਂਡੀ ਸ਼ਰਮਾ ਟੀਮ ਦੇ ਖਾਤੇ ਵਿੱਚ ਜਾ ਜੁੜ ਗਈ ਹੈ। ਅਭੀ ਗਰਲਾਲ ਪੁੱਛ ਹਾਲ ਚਾਲ ਮੁੰਡਿਆਂ ਦੇ ਮੈਚ ਤੇ, ਜਿਹੜਾ ਬਰਾਬਰੀ ਤੇ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ, ਫਾਈਨਲ ਦੀ ਬੜੀ ਟੱਕਰ ਵੱਡੀ ਖੇਡੀ ਜਾ ਰਹੀ ਹੈ। 6:00 US ਦੇ ਵਿੱਚ ਇਸ ਟਾਈਮ ਸਵੇਰ ਦੇ ਨਾ ਸ਼ਾਮ ਦੇ। ਇੰਗਲੈਂਡ ਦੇ ਵਿੱਚ 5:00 ਜੀ 12:15 ਬਾਈ, ਜਿਹੜੀ ਜਿਹੜੀ ਕੰਟਰੀ ਤੋਂ ਮੇਰੇ ਕੋਲ 5:45 ਹੋ ਗਏ, ਇਹ ਸਵੇਰ ਦੇ ਆ ਕਿ ਸ਼ਾਮ ਦੇ ਆ? ਲੈ ਵੀ 15 ਹੋ ਗਏ, 15-13 ਹੋ ਗਏ ਵਰਿੰਦਰ, 15-13 ਜੀ 2 ਪੁਆਇੰਟਾਂ ਦੀ ਲੀਡ ਬਣਾ ਲਈ ਹੈ ਮੁੰਡਿਆਂ ਨੇ। ਸ਼ਾਮ ਦੇ ਆ, ਕੀ ਲਿਖਿਆ ਹੋਇਆ, ਨਿਊ ਜਰਸੀ ਪੌਣੇ ਸੱਤ ਸ਼ਾਮ ਦੇ, ਸ਼ਾਮਾਂ ਨੂੰ ਰੌਣਕਾਂ ਲੱਗਦੀਆਂ। ਨਾਲ ਹੀ ਘੋੜੀਆਂ ਦੇ ਜੱਦੀ ਸਰਦਾਰ ਵੀ ਪੁੱਜੇ ਹੋਏ ਨੇ ਆਪਣੇ ਕੋਲ, ਲੱਭੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਂਗੇ ਆਪਾਂ। ਵਾਹ ਬਈ ਵਾਹ ਵਾਹ, ਇਹ ਮਾਜਰੇ ਵਾਲਿਆ ਮੁੰਡੇ ਨੂੰ ਤਾੜੀ ਮਾਰ ਦੋ ਜ਼ੋਰਦਾਰ, ਛੋਟੂ ਮਾਜਰੇ ਨੇ ਕਮਾਲ ਕਰ ਦਿੱਤੀ ਹੈ। ਇਹ ਵੀ ਮੁੰਡਾ ਕਹਿੰਦੇ ਚੱਲਦੇ ਟਾਈਮ ਦਾ ਇੱਕ ਵੱਡਾ ਮਾਲ ਹੈ ਵੀ ਜੇਬਾਂ ਵਿੱਚ ਭਰੇ ਤੇਰੇ ਮਿਹਣੇ ਅੱਲੜੇ ਆ, ਔਰ ਰੱਬ ਦੇ ਹੁੰਦੇ ਆ ਲੈਣੇ ਤੇਰੇ ਅੱਲੜੇ ਆ। ਆਖਦੀ ਹੁੰਦੀ ਸੀ ਪਹਿਲਾਂ ਪਹਿਲਾਂ ਜੱਟ ਨੂੰ ਤੇ ਉਹੀ ਦੇਖ ਲੈ ਟਿਕਾਣੀ ਗੱਲ ਲਾ ਗਿਆ, ਔਰ ਚੈੱਕ ਕਰ ਲਈ ਕਲੌਕ ਜਾ ਕੇ ਕੱਢਦੇ ਆ ਤੁਹਾਡੀ ਸੂਈ ਤੇ, ਯਾਰਾਂ ਦਾ ਟਾਈਮ ਆ ਗਿਆ।
गलती बड़ी कर गया खिलाड़ी है। 13-16 वरिंदर 13-16 17 की टक्कर है। 13-17 चार पॉइंटा की लीड है। इधर पास दो पॉइंट मुंडिया के बाकी रह गए ने 14-17। भाई यार बहुत लीड पट्टी बंद ने यार, इधर चार उधर साइडा चेंज 10 उतों लीड पट्टी बंद ने भाई यार। सहारनपुर वाले ने बहुत तकड़ा खेडे भाई अज अज यार। जौंटी तो सचन भी बहुत तकड़ा खेडे, जस्सा भी बहुत तकड़ा खेडदा रहा। अज पिरथी नागरा जी बहुत तकड़ा खेडे, गुरलाल जम सिंह ने बहुत सोहने बोल बोले। दो सी हाँ मैं वधिया। गुरजीत तू दस तेरा की हाल है? बुद्ध सिंह बाजवा भाई हरसिकाल की हाल है भाई? सारी 14-17 एक बार फिर तो जड़ी टक्कर बड़ी तगड़ी है। और 14-15 हो गए मैच जेड़ा फिर मेरे मित्रों बराबरी जी वाली आ जाना है। कोई बहुता फर्क नहीं होंगे एक दो पॉइंटा का। 14-17 की कहते बड़ी टक्कर है। और बिल्कुल बराबरी के मुकाबला खेडा जा रहा है। रायसर का जस्सा ते नागरे वाला पिरथी है ट्राई कर रहे ने। दीपक राणा ते सचिन राणा ते माजरे वाले भी कहते दुनिया दीवानी है। खेड के मैदान के विच मुंडा कहते उड़जू करता फिरदा है भी जिगरा दलेर पूरी बाबे दी है मेहर छीणी ना देवे थापी है ते सुखी लोपो लिखे साडी जान वाले किसने ते पानी वग दे पिछां वल मोड़ दिंदे आ। ਆਓ ਮਿੱਤਰਾਂ ਦੀ ਹਿੰਡ ਵੀ ਨਦੇਣ ਵਰਗੀ ਹੈ ਦੰਦੇ ਪੱਕੀਆਂ ਗਰਾਰੀਆਂ ਦੇ ਭੋਰ ਦਿੰਦੇ ਆ। ਲਓ ਕਹਿੰਦੇ ਹੀਲੀ ਗਲਤੀ ਕਰ ਗਿਆ ਨੰਬਰ 15 ਜੁੜ ਗਿਆ ਹੈ 15-17 ਬੁੱਧ ਸਿੰਘ ਬਾਜਵਾ ਕੈਨੇਡਾ। ਔਰ ਨਾਲ ਹੀ ਉੱਧਰ ਬੁੱਧ ਸਿੰਘ ਬਾਜਵਾ ਸਾਡਾ ਵੀਰ ਕੈਨੇਡਾ ਵਾਲਾ ਉਹ ਵੀ ਲਾਈਵ ਜੁੜਿਆ ਇਹਨਾਂ ਮੈਚਾਂ ਦੇ ਨਾਲ। ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਬੁੱਧ ਸਿੰਘ ਬਾਜਵਾ ਕੈਨੇਡਾ ਵਾਲਾ, ਬਹੁਤ ਬਹੁਤ ਮੈਂ ਧੰਨਵਾਦ ਕਰੂੰਗਾ ਵੀਰ ਦਾ। ਵਾਲੀਬਾਲ ਦੇ ਸਾਰੇ ਖਿਡਾਰੀਆਂ ਦੇ ਨਾਲ ਹੀ ਬਹੁਤ ਪਿਆਰ ਸਤਿਕਾਰ ਹੈ ਸਾਡੇ ਵੀਰ ਦਾ। ਬਹੁਤ ਬਹੁਤ ਮੈਂ ਧੰਨਵਾਦ ਕਰਦਾ ਬੁੱਧ ਸਿੰਘ ਬਾਜਵਾ ਦਾ, ਉਹ ਵੀ ਸਾਡਾ ਵੀਰ ਜੁੜਿਆ ਹੋਇਆ। 15-17 ਦੀ ਟੱਕਰ ਹੈ, 2 ਪੁਆਇੰਟਾਂ ਦਾ ਫਰਕ ਹੈ। 16 ਨੰਬਰ ਦੇਖਾਂਗੇ ਹੁਣ ਕੌਣ ਜੋੜੂਗਾ ਆਪਣੀ ਟੀਮ ਦੇ ਲਈ। ਚੰਗੀ ਗੱਲ ਹੈ ਟੂਰਨਾਮੈਂਟ ਕਰਾਓ ਯਾਰ ਅੱਗੇ ਦੋਨੋਂ ਟੀਮਾਂ ਦੇ ਲਈ ਹੈ। ਸੁਖਦੀਪ ਤਕੜਾ ਹੋਇਆ ਔਰ ਮਾਜਰੇ ਵਾਲੇ ਨੇ ਕਮਾਲ ਕਰ ਦਿੱਤੀ ਹੈ। ਫਿਰ ਬਾਅਦ ਸਿਰ ਦੀ ਸੁੱਟ ਦਿੱਤੀ ਚੁੱਭਰ ਨੇ 17-15 ਹਣੀ ਦੁਧਾਲ ਆਊਗਾ ਇਸ ਸਾਲ ਇੰਡੀਆ ਪੱਕਾ ਹੀ। ਚਲੋ ਚੰਗੀ ਗੱਲ ਆ ਬਾਈ। ਕਿਹੜੀ ਜਗ੍ਹਾ ਹਨੀ ਦੁਧਾਲ? ਦੁਧਾਲ ਉਕਸੀ ਦੁਧਾਲ ਉਹ ਬਾਈ ਯਾਰ ਬਾਲ ਓਏ ਲਾਸਟ ਪੁਆਇੰਟ ਆ ਗਿਆ ਨੰਬਰ ਮੇਰੇ ਮਿੱਤਰੋ ਜਿਹੜੇ ਚੋਬਰ ਦੇ ਕੋਲ ਬਾਲ ਜਾਂਦੀ ਮਾਜਰੇ ਵਾਲਾ ਸਰਵਿਸ ਕਰਨ ਤੋਂ ਪਹਿਲਾਂ ਤੇ ਗੱਲ ਤੇ ਫੇਰ ਟਿਕਾਣੇ ਲੱਗਦੀ ਹੈ ਵੀ ਛਾਲ ਹੈ ਉਹ ਸਾਹਮਣੇ ਤੇ ਹੁਣ ਕਹਿੰਦੇ ਤੰਤਰ ਮੰਤਰ ਹੀਲੀ ਨੇ ਮਾਰਨਾ ਪਤਾ ਲੱਗ ਜੂ ਹੀਲੀ ਉਹ ਸੋਹਣਾ ਵੀਰਾ ਜਿਹਾ ਪੁਆਇੰਟ ਜੁੜ ਗਿਆ ਤੇ ਫਿਰ ਕਿਤੇ ਨਾ ਕਿਤੇ ਡੇਰਾ ਸਾਂਭਲੀ ਤੂੰ ਜਾ ਕੇ ਕੰਮ ਤੇਰਾ ਚੰਗਾ ਚੱਲ ਜਾਣਾ ਹੈ। ਨੰਬਰ ਲਾਸਟ ਹੈ ਇੱਕ ਪੁਆਇੰਟ ਦੀ ਖੇਡ ਜਿਹੜੀ ਬਾਕੀ ਹੈ ਵੀ ਫੈਸਲੇ ਅਧੂਰੇ ਜਿੱਤ ਦੇ ਨਾ ਰਹਿਣਗੇ। ਤਕੜਾ ਮੈਚ ਮਿੱਤਰੋ ਉਹ ਭੜਾਕੇ ਪੂਰੇ ਪੈਣਗੇ ਕਦੇ ਮਾਰ ਦੇਣੀ ਡੰਗ ਡੰਡੋ ਜਾਂ ਮਲੱਪ ਬਈ ਹੈ ਉਹ ਮਿੱਤਰ ਨੂੰ ਨਾਗਾ ਦੇ ਖੜਪੇ ਸੱਪ ਬਈ ਹੈ ਲੰਗਿਆਂ ਨੇ ਵਾਲਾ ਜੋਧਾ ਸੱਚ ਕਹਿ ਗਿਆ। ਅੱਜ ਦੇਖਾਂਗੇ ਨੱਥੋ ਕਿਆ ਜੋ ਕੱਪ ਜਿੱਤ ਕੌਣ ਲੈ ਗਿਆ ਦੇਖਾਂਗੇ ਕੌਣ ਜਿੱਦਾਂ ਵੱਡੇ ਕੱਪ ਨੂੰ। ਗੱਲ ਤੇ ਸਾਰੀ ਸਮੇਂ ਦੀ ਹੈ 15-18 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਜਿੰਨੇ ਵੀ ਵੀਰ ਅੱਜ ਦੇ ਇਸ ਖੇਡ ਟੂਰਨਾਮੈਂਟ ਨੂੰ ਲਾਈਵ ਤੱਕ ਰਹੇ ਨੇ ਵਾਲੀਬਾਲ ਸ਼ੂਟਿੰਗ ਪੰਜਾਬ ਦੇ ਜ਼ਰੀਏ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਚੀ ਹੈ ਲਾਈਵ ਪੇ ਦੇ ਜ਼ਰੀਏ ਇਹ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ।
पर रायसर वाले जे आ मैच जितना है ते बाला ते हुण भर भर की लाउणियां पैण गईआं। एक कभी स्मैश जे ला गया ते गल जिहड़ी फिर भी टिकाने लग जूगी है। आ मैच बड़ा चोटी दा बन गया, फाइनल मैच है ते लोकां नूं याद रहना है, इतिहास सिरजा जा रहा है। ये आने वाले टाइम च गल्लां होणगीआं जरूर भी साडे पिंड मेला होया सी है। किसे कहना रायसर दे जस्से ने बड़ी तगड़ी खेड दिखाई है, किसे ने माजरे वाले छोटू का फैन बन के रह जाना। सामने रायसर वाला मुंडा गिल परिवार का नंबर एक होर जोड़ गया अपनी टीम के लिए। 16 ते 18 की टक्कर है भाई। 16 नंबर है चैनेवाल दे, 18 नंबर है यूपी सहारनपुर दे। 16-18 की खेड खेडी जा रही है। सतारा हो गए भाई, 17-18 ही ली ला भी 17-18 हो गए ने। एक गल होर आ, हिली जे एक अद्धी गलती होर कर गया ना गड्डी जी चुप चा दी जाएगा। सोने वीर तेनू बुलाउणगे सारे, पर तू चुप चा जाना गड्डी दे विच, गल ए पक्की आ। नंबर 17 ते 18 और कौन जोड़ूगा 18वां नंबर अपनी टीम दे लई है। विशाल वर्गे आओ मुंडे फिट आ, शिव मोहणी है खेड दे मैदान दे विच, ते चैने वाली आ जुझार दी है। आओ बाला कहिंदे भर भर के लाई तुरिया आउंदा है, बास्टा नूं कप्पा भाई आउट। नंबर ਬੈਸਟਾਂ ਨੂੰ ਕਾਪਾ ਵੀਰੇ, ਹੈਲੋ ਬ੍ਰਦਰ। ਹਾਂਜੀ ਬਾਈ ਕੀ ਹਾਲ ਨੇ? ਬਾਈ 18-17 ਗੁੱਡ ਮਾਰਨਿੰਗ ਵੀਰੇ। ਗੋਗੀ ਕਕਰਾਲਾ, ਉਹ ਬਾਈ ਕਕਰਾਲਾ ਕਿਹੜਾ ਪਿੰਡ ਹੈ? ਕਕਰਾਲਾ ਭਾਈ ਕਾ ਜਾਂ ਕੋਈ ਹੋਰ ਪਿੰਡ ਹੈ? ਸਹਾਰਨਪੁਰ ਯੂਪੀ ਦੀ ਹੈ, ਔਰ ਦੂਜੇ ਨੰਬਰ ਤੇ ਟੀਮ ਜਿਹੜੀ ਹੈ